ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ, ਇੱਕ ਨਵੀਂ ਪੋਸਟ ਦੇ ਨਾਲ। ਦੋਸਤੋ, ਅੱਜ ਦੀ ਵੀਡੀਓ ਫੂਡ ਸਪਲਾਈ ਮਹਿਕਮੇ ਦੇ ਨਾਲ ਸੰਬੰਧਿਤ ਇੱਕ ਵੈਕੈਂਸੀਜ਼ ਦੇ ਬਾਰੇ ਹੈ। ਕੌਣ ਕੌਣ ਇਹਨਾਂ ਨੂੰ ਅਪਲਾਈ ਕਰ ਸਕਦਾ ਅਤੇ ਕਿਵੇਂ ਅਪਲਾਈ ਕਰਨਾ ਹੈ, ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਵੀਡੀਓ ਦੇ ਵਿੱਚ। ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਕੋਈ ਪੁਆਇੰਟ ਤੁਸੀਂ ਮਿਸ ਨਾ ਕਰ ਸਕੋ ਅਤੇ ਤੁਹਾਨੂੰ ਪੋਸਟ ਅਪਲਾਈ ਕਰਨ ਦੇ ਵਿੱਚ ਬੇਹੱਦ ਆਸਾਨੀ ਮਹਿਸੂਸ ਹੋਵੇ। ਤਾਂ ਚਲੀਏ ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ। ਸੋ ਦੋਸਤੋ, ਇਹ ਨੋਟੀਫਿਕੇਸ਼ਨ ਹੈ ਜੋ ਫੂਡ ਕਾਰਪੋਰੇਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ। ਆਲ ਇੰਡੀਆ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਨੇ। ਇਹ ਨੋਟੀਫਿਕੇਸ਼ਨ 20/4/2023 ਨੂੰ ਜੋ ਆਊਟ ਕੀਤਾ ਗਿਆ ਸੀ ਅਤੇ 24/4/2023 ਤੋਂ ਲੈ ਕੇ ਔਨਲਾਈਨ ਫਾਰਮ ਜਿਹੜੇ ਅਪਲਾਈ ਹੋਣੇ ਸ਼ੁਰੂ ਹੋ ਗਏ ਨੇ। ਔਨਲਾਈਨ ਅਪਲਾਈ ਕਰਨ ਦੀ ਜਿਹੜੀ ਲਾਸਟ ਮਿਤੀ ਹੈ ਉਹ ਹੈ ਜੀ 12/5/2023 ਤੱਕ ਤੁਸੀਂ ਜਿਹੜੇ ਔਨਲਾਈਨ ਫਾਰਮ ਅਪਲਾਈ ਕਰ ਸਕਦੇ ਹੋ। ਸੋ ਦੋਸਤੋ, ਆਲ ਇੰਡੀਆ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਨੇ, ਮੇਲ ਅਤੇ ਫੀਮੇਲ ਦੋਵੇਂ ਹੀ ਇਸ ਨੂੰ ਅਪਲਾਈ ਕਰ ਸਕਦੇ ਨੇ। ਅੱਗੇ ਗੱਲ ਕਰਦੇ ਹਾਂ ਵੈਕੈਂਸੀਜ਼ ਦੇ ਬਾਰੇ। 199 ਟੋਟਲ ਪੋਸਟ ਆਊਟ ਕੀਤੀਆਂ ਗਈਆਂ ਨੇ, ਜੋ ਕਿ ਇਹ ਪੋਸਟਾਂ ਨੇ ਫੂਡ ਸੇਫਟੀ ਅਫਸਰ ਦੀਆਂ ਜਾਰੀ ਕੀਤੀਆਂ ਗਈਆਂ ਨੇ। ਜਿਨ੍ਹਾਂ ਦੀ ਵੀ ਉਮਰ 18 ਤੋਂ ਲੈ ਕੇ 40 ਸਾਲ ਤੱਕ ਹੈ ਉਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ। ਸੋ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਣਾ ਹੈ, ਜਿੱਥੇ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਮਿਲ ਜਾਵੇਗਾ। ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਹੋ ਜਾਵੋਗੇ, ਜਿੱਥੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰੋਗੇ। ਰਜਿਸਟ੍ਰੇਸ਼ਨ ਦੇ ਲਈ ਤੁਹਾਨੂੰ ਸਭ ਇੱਕ ਈਮੇਲਡ ਈਮੇਲ ਆਈਡੀ ਅਤੇ ਇੱਕ ਮੋਬਾਈਲ ਨੰਬਰ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਤੁਸੀਂ ਰਜਿਸਟ੍ਰੇਸ਼ਨ ਕਰ ਸਕੋਗੇ। ਰਜਿਸਟ੍ਰੇਸ਼ਨ ਤੋਂ ਕਰਨ ਤੋਂ ਬਾਅਦ ਤੁਹਾਨੂੰ ਦੁਬਾਰਾ ਲੌਗਇਨ ਕਰਨਾ ਪਵੇਗਾ। ਲੌਗਇਨ ਕਰਨ ਤੋਂ ਬਾਅਦ ਤੁਸੀਂ ਆਪਣੀ ਪਰਸਨਲ ਡਿਟੇਲ ਐਡਰੈਸ ਵਗੈਰਾ ਭਰੋਂਗੇ ਅਤੇ ਇਸ ਤੋਂ ਬਾਅਦ ਜਿਹੜੇ ਤੁਸੀਂ ਆਪਣੇ ਡਾਕੂਮੈਂਟ ਅਪਲੋਡ ਕਰੋਗੇ ਅਤੇ ਡਾਕੂਮੈਂਟ ਅਪਲੋਡ ਤੋਂ ਕਰਨ ਤੋਂ ਬਾਅਦ ਤੁਸੀਂ ਜਿਹੜਾ ਐਪਲੀਕੇਸ਼ਨ ਨੂੰ ਸਬਮਿਟ ਕਰ ਦੇਵੋਗੇ। ਸੋ ਐਪਲੀਕੇਸ਼ਨ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ, ਜਿਸ ਤੋਂ ਬਾਅਦ ਤੁਹਾਡਾ ਇੱਕ ਰਿਟਨ ਟੈਸਟ ਹੋਵੇਗਾ ਅਤੇ ਜੋ ਵੀ ਕੈਂਡੀਡੇਟ ਸਿਲੈਕਟਡ ਹੋਣਗੇ ਉਹਨਾਂ ਦਾ ਇੱਕ ਇੰਟਰਵਿਊ ਹੋਵੇਗਾ, ਜਿਸ ਤੋਂ ਬਾਅਦ ਤੁਹਾਡੀ ਸਿਲੈਕਸ਼ਨ ਹੋ ਜਾਵੇਗੀ। ਇਸ ਦੇ ਵਿੱਚ ਜੋ ਪੇ ਸਕੇਲ ਨੋਟੀਫਿਕੇਸ਼ਨ ਵਿੱਚ ਦੱਸੀ ਗਈ ਉਹ ਮੈਕਸੀਮਮ 1,32,000 ਤੱਕ ਹੈ। ਸੋ ਕੌਣ ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ, ਇਸ ਦੀ ਜਾਣਕਾਰੀ ਤੁਹਾਨੂੰ ਮੈਂ ਸ਼ਾਰਟ ਦੇ ਵਿੱਚ ਦੇ ਰਿਹਾ ਹਾਂ ਤਾਂ ਕਿ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ। ਬਾਕੀ ਤੁਸੀਂ ਪੂਰੀ ਜਾਣਕਾਰੀ ਲਈ ਨੋਟੀਫਿਕੇਸ਼ਨ ਰੀਡ ਕਰ ਸਕਦੇ ਹੋ, ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਸੋ ਜਿਨ੍ਹਾਂ ਨੇ ਬੈਚੁਲਰ ਡਿਗਰੀ ਫੂਡ ਟੈਕਨੋਲੋਜੀ ਜਾਂ ਡੇਅਰੀ ਟੈਕਨੋਲੋਜੀ ਵਿੱਚ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ, ਜਾਂ ਬਾਇਓਟੈਕਨੋਲੋਜੀ, ਆਇਲ ਟੈਕਨੋਲੋਜੀ, ਐਗਰੀਕਲਚਰ ਸਾਇੰਸ ਔਰ ਵੈਟਰਨਰੀ ਕੀਤੀ ਹੋਈ ਆ ਉਹ ਅਪਲਾਈ ਕਰ ਸਕਦੇ ਨੇ, ਜਾਂ ਫਿਰ ਸਾਇੰਸ, ਬਾਇਓਕੈਮਿਸਟਰੀ ਜਾਂ ਮਾਈਕਰੋਬਾਇਓਲੋਜੀ ਮਾਸਟਰ ਡਿਗਰੀ ਇਨ ਕੈਮਿਸਟਰੀ ਵਿੱਚ ਜਿਨ੍ਹਾਂ ਨੇ ਕੀਤੀ ਹੋਈ ਆ ਉਸ ਨੂੰ ਅਪਲਾਈ ਕਰ ਸਕਦੇ ਨੇ, ਜਾਂ ਫਿਰ ਫੈਚੁਲਰ ਡਿਗਰੀ ਇਨ ਮੈਡੀਸਨ ਵਿੱਚ ਜਿਨ੍ਹਾਂ ਨੇ ਕੀਤੀ ਹੋਈ ਉਹ ਵੀ ਇਸ ਨੂੰ ਅਪਲਾਈ ਕਰ ਸਕਦੇ ਨੇ। ਇਸ ਤੋਂ ਇਲਾਵਾ ਜਾਂ ਇਹਨਾਂ ਦੇ ਬਰਾਬਰ ਦੀ ਕੋਈ ਵੀ ਮਾਨਤਾ ਪ੍ਰਾਪਤ ਡਿਗਰੀ ਹੈ ਜੋ ਸੋਰੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਿਨ੍ਹਾਂ ਨੇ ਡਿਗਰੀ ਪ੍ਰਾਪਤ ਕੀਤੀ ਹੋਈ ਇਸ ਨੂੰ ਅਪਲਾਈ ਕਰ ਸਕਦੇ ਨੇ। ਸੋ ਦੋਸਤੋ, ਇਹ ਸਨ ਫੂਡ ਸਪਲਾਈ ਮਹਿਕਮੇ ਦੇ ਵਿੱਚ ਫੂਡ ਸੇਫਟੀ ਅਫਸਰ ਦੀਆਂ ਪੋਸਟਾਂ। ਜੇਕਰ ਤੁਸੀਂ ਇਹਨਾਂ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ, ਜਿਸ 'ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ। ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਪਹਿਲੀ ਵਾਰ ਸਾਡੇ ਚੈਨਲ 'ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।